ਬਾਬਿਓ ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਚਾਲ? ਚੜ੍ਹਦੀ ਕਲਾ, ਅਸੀਂ ਚੜ੍ਹਦੀ ਕਲਾ 'ਚ ਹਾਂ। ਇਹ ਬੰਦਾ ਹੁਣ ਵਲੋਗਿੰਗ ਸ਼ੁਰੂ ਕਰਦਾ, ਹੁਣ ਇਹ ਚੈਨਲ ਇਹਦਾ ਹੋ ਗਿਆ ਹੁਣ, ਠੀਕ ਹੈ ਨਹੀਂ? ਅਸੀਂ ਆਏ ਹਾਂ ਇਟਲੀ, ਅਤੇ ਇਟਲੀ ਘੁੰਮ ਫਿਰ ਰਹੇ ਹਾਂ, ਅਤੇ ਟੂਰ ਚੱਲ ਰਿਹਾ, ਅਤੇ ਮਾਰਕੀਟ 'ਚ ਚੱਲੇ ਹਾਂ ਜੀ, ਅਤੇ ਕਰਨ ਲੱਗੇ ਹਾਂ ਸ਼ੋਪਿੰਗ, ਅਤੇ ਮਾਰਕੀਟ ਦਾ ਵਲੋਗ ਬਣਾਵਾਂਗੇ, ਕੀ ਲੈਂਦੇ ਹਾਂ, ਕੀ ਕਰਦੇ ਹਾਂ, ਕੀ ਗਰੋਸਰੀ ਦਾ ਰੇਟ ਹੈ, ਅਤੇ ਗਰੋਸਰੀ 'ਚ ਕੀ ਮਿਲ ਲੈਂਦੇ ਹਾਂ ਹੁਣ, ਅਤੇ ਮਤਲਬ ਕੀ ਪ੍ਰਾਈਜ਼ ਹੋਏਗਾ ਇਹਦਾ। ਧਿਆਨ ਨਾਲ ਇਹ ਵੀਡੀਓ ਕਹਿੰਦੇ ਅਲਾਊਡ ਨਹੀਂ ਹੈ ਵੈਸੇ, ਬਟ ਫਿਰ ਵੀ ਮੈਂ ਚੋਰੀ ਛਿੱਪੇ ਦਾ ਲਾਵਾਂਗਾ ਜਿੰਨਾ ਕੁ ਲੱਗ ਸਕਿਆ। ਜਿਹੜੇ ਨਵੇਂ ਆਏ ਚੈਨਲ 'ਤੇ ਭਾਈ, ਸਬਸਕ੍ਰਾਈਬ ਕਰੋ, ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ, ਠੀਕ ਹੈ ਜੀ? ਦੇਖੋ ਜੀ ਇਟਲੀ ਦੀ ਮਾਰਕੀਟ। ਹਾਂਜੀ ਬਾਬਿਓ, ਇਹ ਕਿੰਨੂ ਵੇ ਆ? ਸੰਤਰੇ, ਮਾਲਟਾ ਬੜਾ ਵੇ ਇੱਥੇ ਨਾ, ਇੱਧਰ ਕੇਲੇ। ਚੱਕੀ ਚੱਲ, ਚੱਕੀ ਚੱਲ ਜੋ ਚੱਕਣਾ ਹੋਣਾ। ਇੱਧਰ ਸਬਜ਼ੀਆਂ, ਲੈ ਮੈਂ ਕੋਟੀ ਪਾਲਾਂ, ਅਤੇ ਫਿਰ ਤੁਹਾਡੇ ਨਾਲ ਕਰਦੇ ਹਾਂ ਗੱਲਬਾਤ ਜੀ, ਤੁਹਾਨੂੰ ਦਿਖਾਉਂਦੇ ਹਾਂ ਮਾਰਕੀਟ। ਸਭ ਕੁਝ ਫਰਿੜਜਰ ਮਿਲਦਾ, ਫਰੈਸ਼ ਕੁਛ ਨਹੀਂ ਮਿਲਦਾ ਇੱਥੇ ਭਾਅ, ਸਭ ਫਰਿੱਜਾਂ ਲੱਗਾ ਮਾਲ ਆਉਂਦਾ। ਅਤੇ ਇਹ ਬੰਦੇ ਨੇ ਮੇਰਾ ਚੈਨਲ ਹਾਇਰ ਕਰ ਲਿਆ, ਅਤੇ ਹੁਣ ਦੇਖਦੇ ਹਾਂ ਕਿੰਨੇ ਟਾਈਮ ਰੱਖਦਾ, ਕਦੋਂ ਮੇਰੇ ਹੱਥਾਂ ਜਾਂਦਾ ਚੈਨਲ। ਕੀ ਇਹ ਸਲਾਦ ਬੜਾ ਖਾਂਦੇ ਇੱਥੇ, ਰੋਟੀ ਨਾਲ ਦੱਬੀ ਗਿੱਲੀ ਜਾਂਦੇ, ਰੈਸਟੋਰੈਂਟ 'ਤੇ ਹਰ ਥਾਂ ਮਿਲਦਾ। ਇਹ ਚੱਕਦਾ ਵੀਜੇ, ਜਿਹੜਾ ਵੀਜਾ ਆ ਰਿਹਾ ਕਹਿੰਦੇ ਉਹ ਬੜਾ ਖਾਂਦਾ। ਤੇਰੇ ਨਾਲ ਥੈਲੀ ਲੈ ਲਈ, ਤੇਰੀ ਥੈਲੀ ਚੁੱਕ ਲਈ ਇੱਕ, ਅਤੇ ਇੱਧਰ ਹੈ ਗੱਲਾਂ ਬਾਤਾਂ ਨੇ ਆਪਣੀ, ਹੁਣ ਨਾਂ ਦੇ ਪੜ੍ਹਨ ਦਿੰਦਾ, ਬਸ ਫੋਟੋ ਦੀ ਪਛਾਣ ਕਰਨੀ ਆ ਆਪਾਂ। ਜੂਪਾ, ਠੀਕ ਹੈ, ਠੀਕ ਹੈ, ਚਲਾਓ ਫਿਰ ਚੱਲਦੇ ਹਾਂ ਅਗਲੀ ਅਗਲੀ ਵਰਾਇਟੀ ਵੱਲ ਚੱਲਦੇ ਹਾਂ। ਕੀ ਰੇਟ ਹੈ, ਕਿੰਨੇ ਕਿੰਨੇ ਰੁਪਏ ਕਿਲੋ ਮਿਲਦਾ ਪਿਆ? ਇੱਕ ਕੈਰੋ ਔਰ 20 ਸੈਂਟ ਨੂੰ ਕਿਲੋ, ਇੰਡੀਆ ਦੇ ਹਿਸਾਬ ਨਾਲ ਕਿੰਨੇ ਹੋ ਗਏ? ਉਹੀ ਮਤਲਬ ਕਿ 100 ਰੁਪਏ ਕਿਲੋ ਹੋ ਗਿਆ, 100-110 ਰੁਪਏ ਕਿਲੋ ਹੋ ਗਿਆ, ਠੀਕ ਜੀ। ਅਤੇ ਹੁਣ ਅੱਗੇ ਜਾ ਕੇ ਨੰਬਰ ਲਾਵਾਂਗੇ, ਇੱਥੇ ਨਾਪ 123, ਕਿੰਨੇ ਕਿਲੋ? ਇੱਕ ਕੈਰੋ ਅਤੇ 6 ਸੈਂਟ ਦਾ ਪੈ ਗਿਆ ਜੀ। ਅੱਛਾ, 123 ਨੱਪਣਾ ਹੁਣ, 123 ਨੱਪਾ। ਲਓ ਜੀ, ਲਓ ਜੀ ਮਹਾਰਾਜ, ਲੱਗ ਗਈ ਪਰਚੀ, 1 ਕੈਰੋ ਅਤੇ 081 ਦਾ ਹੋ ਗਿਆ। ਲਓ ਜੀ, ਚੱਕ ਲਿਆ ਆਪਾਂ ਸਲਾਦਾ ਜਿਹਾ, ਇਹਨੂੰ ਰੱਖਦੇ ਹਾਂ ਰੇਹੜੀ 'ਚ। ਕਹਿਣ ਦਾ ਮਤਲਬ ਕਿ 120, 1.80 ਹੈ ਨਾ, ਅਤੇ ਕਿੰਨੇ ਦਾ ਹੋ ਗਿਆ ਸਲਾਦਾ ਆਪਣਾ ਇੰਡੀਆ ਦਾ? ਹੁਣ ਇਹ ਨਾ ਸੋਚੀਏ ਵੀ ਇੰਡੀਆ ਦਾ ਹਿਸਾਬ ਨਾ ਲਾਉਂਦਾ ਵਾ, ਵੀ ਮੈਂ ਤਾਂ ਆਪਣੇ ਸਬਸਕ੍ਰਾਈਬਰਾਂ ਨੂੰ ਦੱਸਣਾ ਜਿਹੜੇ ਇੰਡੀਆ ਤੋਂ ਵੇਖਦੇ ਆਪਾਂ ਨੂੰ, ਵੀ ਇੱਥੇ ਮਹਿੰਗਾਈ ਦਾ ਕਿੱਦਾਂ ਕੀ ਹਾਲ ਹੈ, ਅਤੇ ਆਪਣੇ ਇੰਡੀਆ 'ਚ ਕੀ ਹਾਲ ਹੈ, ਠੀਕ ਹੈ। ਇੱਥੇ ਦੀ ਕਰੰਸੀ ਹਿਸਾਬ ਨਾਲ ਇਹਦੀ ਵੈਲਿਊ ਨਥਿੰਗ, 1-2 ਰੁਪਈਆ। ਲੇਕਿਨ ਆਪਾਂ ਜੇ ਕੰਪੈਰੀਜ਼ਨ ਕਰੀਏ, ਜਿਹੜਾ ਬੰਦਾ ਘੁੰਮਦਾ ਫਿਰਦਾ ਉਹਦੇ ਵਾਸਤੇ 2 ਮੱਚ, ਠੀਕ ਹੈ ਜੀ, 2 ਮੱਚ ਵੀ ਨਹੀਂ ਕਹਿ ਸਕਦੇ, ਬਟ ਮਹਿੰਗੀ ਹੈ। ਇਹ ਸਾਰਾ ਡਿਪਾਰਟਮੈਂਟ ਮੀਟ ਦਾ, ਇਹ ਮੀਟ ਦਾ ਡਿਪਾਰਟਮੈਂਟ ਸਾਰਾ ਨਾ, ਇੱਧਰ ਆਪਾਂ ਜਾਣਾ ਨਹੀਂ ਹੈਗਾ ਹੁਣ। 3 ਰੁਪਏ 40 ਸੈਂਟ ਇਹ ਕੱਟਾ, ਇੱਕ ਕੱਟਾ 4 ਕਿਲੋ ਦਾ ਬਾਬਿਓ, ਲਾ ਲਿਓ ਹਿਸਾਬ, ਹੁਣ ਮਲਟੀਪਲਾਈ ਕਰ ਲਿਓ 88 ਨਾਲ, 3.45 ਨੂੰ ਵੀ ਕਿੰਨੇ ਬਣਦੇ ਇੰਡੀਅਨ ਰੁਪੀਸ। ਇਹ ਬਾਬਿਓ ਖੀਰੇ ਨੇ, ਖੀਰੇ ਨੇ ਕਿੱਦਾਂ ਦੇ ਨੇ ਜਿੱਦਾਂ ਕਿ ਕੀ ਲੱਗਾ ਹੋਇਆ ਇਹਨਾਂ ਦੇ? 1.60 ਯੂਰੋ ਦੇ ਨੇ, ਲਾ ਲਓ ਵੀ ਕਿਲੋ ਪਰ ਕੇ ਜੀ ਮਿਲਦੇ ਨੇ। ਪਰਾਂ ਪਈਆਂ ਜੀ ਰੈੱਡ ਚਿੱਲੀ, ਸ਼ਿਮਲਾ ਮਿਰਚਾਂ, ਰੈੱਡ ਚਿੱਲੀ ਕਹਿੰਦੇ ਇਹਨੂੰ, ਕੀ ਕਹਿੰਦੇ ਨੇ ਪਤਾ ਨਹੀਂ, ਕੀ ਕਹਿੰਦੇ ਬਾਈ ਮੈਨੂੰ ਕੈਲੀਫਰਾਰ ਜਿੱਦਾਂ ਕਰਕੇ ਕੁਛ ਨਾ ਆ ਜਾਂਦਾ, ਪਿਪਰੋਨੀ ਰੋਸੀ। ਚਲੋ ਠੀਕ ਹੈ ਜੀ ਮਹਾਰਾਜ, ਮੈਂ ਹੱਥ ਲਾਤਾ ਇੱਦਾਂ ਹੀ, ਸਖਤ ਅਸੂਲ ਹੈ ਵੀ ਦਸਤਾਨਾ ਪਾਉਣਾ, ਜਿਵੇਂ ਪੇਪਰ ਜਿਹਾ ਪਾਉਣਾ ਭਰਾ ਨੇ ਪਾਇਆ ਜਿੱਦਾਂ, ਤਾਂ ਹੱਥ ਲਾਉਣਾ। ਮੈਂ ਕਿਹਾ ਠੀਕ ਹੈ ਮਹਾਰਾਜ, ਮੈਂ ਮਾਤੀ ਨਹੀਂ ਲਾਉਂਦਾ, ਫਿਰ ਅਸੀਂ ਵੀ ਫਿਰ ਗੁੱਸੇ ਵਾਲੇ ਹਾਂ। ਅਤੇ ਇਹ ਗੋਭੀ ਹੈ 1 ਰੁਪਏ 4.5 ਕਿਲੋ, ਇੱਕ ਮਤਲਬ ਕਿ ਇੱਕ ਹੀ ਫੁੱਲ ਆਉਣਾ, ਵੱਧ ਹੀ ਹੋਏਗਾ ਸ਼ਾਇਦ ਕਿਲੋ ਤੋਂ। ਬਾਈ ਜੀ ਗਾਜਰਾਂ 1 ਐਰੋ ਅਤੇ 20 ਸੈਂਟ ਨੂੰ ਕਿਲੋ, ਆਹ ਲੱਗਾ ਹੋਇਆ ਬੋਰਡ 'ਤੇ, ਇਹਦਾ ਨੰਬਰ, ਇਹ ਨੰਬਰ ਨਹੀਂ ਲਾਇਆ ਸ਼ਾਇਦ ਇਹਨਾਂ ਨੇ, ਉੱਤੇ ਰੇਟ ਲਾਇਆ, ਡੱਬੇ ਦਾ ਹੀ ਰੇਟ ਹੈ, ਠੀਕ ਹੈ ਜੀ। ਇਹ ਇਹ ਦੇਖੋ ਕਿੰਨੀ ਬੰਨੀ ਦੀਆਂ, ਅਤੇ ਸ਼ਿਮਲਾ ਮਿਰਚਾਂ ਪਈਆਂ, 1-2-3 ਬੰਨੀ ਦੀਆਂ ਪਈਆਂ ਨਾ, 3.4 kg, ਇਹ ਬਹੁਤ ਮਹਿੰਗੀ, ਇਹ ਤਾਂ ਇੰਡੀਆ ਹੀ ਬਹੁਤ ਮਹਿੰਗੀਆਂ ਨੇ, ਇਹ ਤਾਂ ਹੈ ਹੀ ਮਹਿੰਗੀਆਂ, ਇਹ ਵੀ ਮਹਿੰਗੀਆਂ ਨੇ, ਆਹ ਮਿਲ ਜਾਂਦੀਆਂ ਸਸਤੀਆਂ, ਆਹ ਵੀ ਮਹਿੰਗੀਆਂ ਨੇ, ਇਹ 150-200 ਰੁਪਏ ਕਿਲੋ ਨੇ। ਇੱਧਰ ਬੈਂਗਣੀ ਪਈ ਹੈ ਜੀ, ਬੈਂਗਣੀ 1.35 ਯੂਰੋ ਕਿਲੋ, ਬੈਂਗਣ ਹੈ, ਬੈਂਗਣੀ ਕਾਹਦੀ ਹੈ। ਫਲੀਆਂ ਨੇ 3.64 ਯੂਰੋ, ਮਤਲਬ ਕਿ ਆਲਮੋਸਟ ਜੇ ਆਪਾਂ ਪੰਜਾਬ ਦਾ ਹਿਸਾਬ ਲਾਈਏ ਤਾਂ ਬਹੁਤ ਮਹਿੰਗਾ ਸੌਦਾ ਹੈ ਬਾਈ, 300 ਰੁਪਏ ਕਿਲੋ ਲਾ ਲਓ ਮਤਲਬ ਕਿ ਨਾ। ਕੀਵੀ 1.25 ਹੈ, ਸਟੋਬਰੀ ਹੈ, ਸਟੋਬਰੀ ਹੈ, ਇੱਧਰ ਸਟ੍ਰੋਬਰੀ ਭਾਅ ਜੀ 1.25 ਹੈ, ਇਹ ਮੈਂਗੋ 7.25 ਨੂੰ ਕਿਲੋ, ਕਿਆ ਬਾਤ ਹੈ, ਇੱਕ ਮੈਂਗੋ ਪੈਂਦਾ 5 ਯੂਰੋ ਦਾ, 5 ਯੂਰੋ ਦਾ ਇੱਕ ਅੰਬ ਬਾਈ, ਇਹਨੂੰ ਰੱਖ ਉੱਥੇ ਪਿਆ ਰਹਿਣ ਦੇ, ਛੇੜਨਾ ਹੋਏ 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 103
तो यह आ गई अपनी परची फलियाँ बन गई जी अपन 2.29 यूरो दियाँ 2 यूरो 29 पॉइंट दियाँ वेखो सलादा वगैरह एक कॉलीफ्लावर या कॉलीफ्लावर पई है बाबू रेडी आप कर देनी फुल हूँ फुल रश पा देना रेडी अच्छे गंढे लेने गंढे देखते हैं आगे अजय सब्जियां का डिपार्टमेंट देने खुंबा वगैरह आ खुंबा पई हैं 1.60 यूरो दियाँ किलो एक डब्बा ठीक है यद रेट ठीक है ये ज़्यादा एक्सपेंसिव नहीं है भाजी 1.61 पैसे के जी पता एक 25 अच्छा ये दूजी बन्नी का भाजी ये दूजी बन्नी का छोटे 25 ये छोटे वाला है ना ये व्डे वाला छोटे वाला ठीक है जिदा भी है वे हाँ हाँ ये हो गया भाजी अपना ये निब्बू का साइज देखो क्या बात है ये हो गया अपना माल्टा जिन संतरा कहने संतरा 1.61 का लैमन है मतलब कि 1 यूरो का इधर आ गया जी 88 पैसे का ठीक है जी ये आ गया माल्टा 2.08 रुपये फरमाजो कहते हैं फरमाजो ये तो वेजीटेरियन ने है सारे अच्छा कई कई साल फिर इन्हें पैक कर करा दिए ने फ्रिजा जी फ्रिजा के फिर कड़ते हैं बाहर फिर बेचते हैं सुपरवाइजर गेड़े मारदी जिन्हें नहीं हाथ लाया मैं सब्जी डायरेक्ट हाथ लाता ना इदा बिना तू लफावे तू भाई जी उधर गेम पैंदी भी है बंदा रौला ये थोड़ा क्वालिटी की दुकान है जो मर्जी करी जाओगे रौला हाँ बाबा जी अगे दुद्ध का डिपार्टमेंट शुरू हो गया आ वे चीसा चूसा जी अगे मच्छिया ने अच्छा सारिया मच्छिया मुछिया चल छे तो आप अच्छा उपर वेजीटेरियन ने ठीक है मैनू थोड़ी प्रॉब्लम तो नहीं मैं लैंगुएज नहीं पता लगती बाकी माड़ा मोटा जी चीज़ आप देखी हो तो आप पछाण ली हूँ इन्हों का नहीं पता लगता की ने की अच्छे पास्ते कच्चे पास्ते ठीक 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 ये पास्ता डिपार्टमेंट सारा चलो बाबे जी अगे बदे बाबे जी ये सारा नॉन वेज डिपार्टमेंट है तो आप इन्हों के कोलों लंघ जाने आप की लेना है ना आप खाना तो आप ना लेना है ना ये इन्हों का डिपार्टमेंट है खान ना खान की वह मुश्क कहना आया इधरों नरा मुश बाबे मूंगी मसरी दाल हो गई मूंगी दाल सारे चना दाल सब विक रहा है ठीक है नहीं तो इधर हो गया ये आटा उटा ये की आटा ये मैदा मूदा ये सलाद पाने वाली ठीक है बाबे ठीक है आ जाओ बाबे लोग ना बने रहे एंड तक तुहानू पूरा व्लॉग दिखाने पूरी मार्केट दिखाने कहना भाव चलो 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 आप सरगुण में अपना किरतू सरगुण याद आ रही किरतू चुकनी है स्कूल चू जतऊ का जिम्मे तेल भी आता है ना जतऊ का ये चीज़ा ने जी आ तो काफ़ी पाते पीजे पुजे ही पाते चीज़ा ठीक है ठीक है ठीक इतों नहीं चकना इतों महंगा पैंता दूजी मार्केट चकला ठीक है बाबे ठीक है कैचअप डिपार्टमेंट आ गया सारा जी हर चीज़ डिफरेंट डिफरेंट बड़ी परफेक्ट करके लाई हुई इन्होंने ठीक है जी वैसे दुबई भी देखा भी इदा सी सिस्टम सारा तो इतने भी सिस्टम सारा पर हम अपन व्लॉगिंग करने तो आप फिर यह चीज़ें ऐड करने दसीए लोगों जो लोग भरा प्रदेशों से रहते हैं कि शॉपिंग करते कि खाते हैं ठीक है अजक पता तो ऑलमोस्ट सबन ही होंगे कि किनू नहीं पता अजक भी पता कितने काम मंदा चलता तो कितने तेज चलता कि नहीं इंडिया बैठे ज़्यादा पता लोगों ये आ गया जी नमक अपने टाटा चलता इधर होर चलता फ्लैक्स फीनो अज दूताओ पानी की लिखी होने फीने ये पास्ते पुस्ते दूजे वरायटियाँ चलो 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 महाराज चलो चलो सारे सुके पास्ते जड़े अपना मतलब बनाते हैं चक लिया डब्बा एक पास्ते का भी इधर तेल का डिपार्टमेंट आ गया तड़का छड़का लाने आप सारे होने ठीक है बाबे गल महंगाई की वो सारे बने सेम ही अजक इतने सहाना लोग चीका मारते हैं कहें भी महंगाई बड़ी है हम पता नहीं की हिसाब है भरा यही मैं इंडिया तो आया तो इंडिया भी बल्ले बल्ले हुई भी है उत्थे महंगाई का सौदा पत्ता बहुत महंगा है इतने भी उही हाल है जी ये इतने बिस्कुट वगैरह अंडे वगैरह जो डिपार्टमेंट है सारा नॉन वेज वाला तकरीबन नॉन वेज लोग बनिया बनाया चपातियाँ आदि इन्हों गर्म करो तो खाओ बनी बनाई रोटियां ठीक है बाबे जड़े अंडे जो है ये सारे थाई मिलते हैं न्याणे वास्ते जवाक जवाक बहुत खाते हैं ये 50-60 का पीस मिलता इंडिया भी 40-50 का होएगा तो एक बार तो पॉकेट ला दिता बंदे जी तो इधर आ गए बत्ते आ गए
ਗੋਲੀ ਵਾਲੇ ਬੱਤੀ ਅੱਜ ਕੱਲ੍ਹ ਦੂਜੇ ਬੱਤੇ ਨੇ ਬੱਤਿਆਂ ਦਾ ਸਮਾਨ ਲਿਮਕਾ ਸ਼ਿਮਕਾ ਸਪਰੈਡ ਸ਼ਰੈਡ ਪਈ ਬਾਬਿਓ ਇੱਧਰ ਇਹਨਾਂ ਦੇ ਟਿਸ਼ੂ ਪੇਪਰ ਜਿਹੜੇ ਆ ਵਰਤਦੇ ਜਾਂਦੇ ਕੀ ਕਰਦੇ ਆ ਬਾਥਰੂਮ 'ਚ ਵਰਤਦੇ ਆ ਘਰਾਂ 'ਚ ਹੀ ਵਰਤਦੇ ਆ ਇਹ ਸਾਰਾ ਆਊਟ ਡਿਪਾਰਟਮੈਂਟ ਹੈ ਬੜਾ ਪੇਪਰ ਯੂਜ਼ ਕਰਦੇ ਇੱਥੇ ਲੋਕ ਅਤੇ ਇਹ ਡਰਿੰਕਸ ਵਾਟਰ ਡਿਪਾਰਟਮੈਂਟ ਆ ਗਿਆ ਵੇ ਕੋਕ ਵਗੈਰਾ ਦੌੜਾਂ ਲੱਗੀਆਂ ਬਾਬੇ ਦੌੜਾਂ ਬੰਦੇ ਨੇ ਕੰਮ ਜਾਣਾ ਸ਼ੋਪਿੰਗ ਕੀਤੀ ਬੱਚੇ ਲਿਆ ਚੱਲਿਆ ਮਤਲਬ ਕਿ ਪੂਰਾ ਟੂ ਮੱਚ ਬਿਜ਼ੀ ਲਾਈਫ ਅਤੇ ਮੈਂ ਤਾਂ ਹੁਣ ਵਿਹਲਾ ਮੈਂ ਤਾਂ ਲੱਗਾ ਫਿਰ ਵਲੋਗ ਹੀ ਬਣਾਉਣ 'ਤੇ ਠੀਕ ਹੈ ਨਹੀਂ ਅਤੇ ਇਹ ਬਾਈ ਹੈ ਪੂਰਾ ਪੂਰਾ ਬਿਜ਼ੀ ਹੈ ਇਹ ਮਾਹੌਲ ਚਾਲ ਰੰਗ ਟੰਗ ਬਾਬਿਓ ਅਤੇ ਚਾਹੇ ਅਗਰ ਚੰਗਾ ਲੱਗੀ ਵੀਡੀਓ ਤਾਂ ਇਹਨੂੰ ਜ਼ਰੂਰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਅਤੇ ਅੱਗੇ ਵੀ ਸ਼ੇਅਰ ਕਰਿਓ ਅਤੇ ਤੁਹਾਨੂੰ ਫਿਰ ਤਾਂ ਮੈਂ ਵਲੋਗ ਆਪਾਂ ਇੱਦਾਂ ਲੈ ਕੇ ਤੁਹਾਡੇ ਲਈ ਆਵਾਂਗੇ ਠੀਕ ਹੈ ਬਾਬਿਓ ਹੁਣ ਪਾਣੀ ਟੋਟਲੀ ਹੀ ਮੁੱਲ ਦਾ ਪੈਂਦਾ ਤਿਆਰ ਉਹ ਸਿਸਟਮ ਨਹੀਂ ਹੈਗਾ ਆਪਣੇ ਘਰਾਂ 'ਚ ਇੰਡੀਆ ਲੱਗਾ ਹੁੰਦਾ ਉਹ ਤੂੰ ਪੀ ਭਰੋ ਟੂਟੀ ਤੂੰ ਪੀ ਲਓ ਆ ਰਿਹਾ ਟੈਂਕੀ 'ਚ ਤੂੰ ਲੁੱਬਾਂ 'ਚ ਪਾਣੀ ਬਟ ਇਹ ਸਾਰਾ ਹੀ ਮੁੱਲ ਦਾ ਇਹ ਬੋਤਲਾਂ ਵਾਲਾ ਪਾਣੀ ਚੱਲਦਾ ਤਕਰੀਬਨ ਆਹੀ ਮਿਲਦਾ ਜ਼ਿਆਦਾ ਆਹ ਬੋਤਲਾਂ ਵਾਲੀਆਂ ਹਰ ਇੱਕ ਘਰ 'ਚ ਪਈ ਮਿਲਦੀ ਬੋਤਲ ਜਿੰਨੀਆਂ ਡਰਿੰਕਾਂ ਨੇ ਭਰਾ ਇਹ ਬੱਚਿਆਂ ਵਾਸਤੇ ਆ ਅਤੇ ਆਮ ਹੀ ਬੰਦਾ ਪੀ ਸਕਦਾ ਠੀਕ ਹੈ ਬਾਬੇ ਠੀਕ ਮੈਂ ਘਰ ਇਕੱਲੇ ਬੱਚਿਆਂ ਵਾਸਤੇ ਹੀ ਆ ਠੀਕ ਹੈ ਜੀ ਠੀਕ ਹੈ ਆਮ ਬੰਦਾ ਹੀ ਪੀ ਸਕਦਾ ਇਹ ਸਾਰਾ ਵਾਟਰ ਹੀ ਪਿਆ ਜੀ ਹਰ ਇੱਕ ਕੰਪਨੀ ਦਾ ਇਹ ਸਭ ਪਾਣੀ ਹੈ ਜੀ ਪਾਣੀ ਪਾਣੀ ਵੀ ਮੁੱਲ ਵਿਕਦਾ ਅੱਛਾ ਇਹ ਗਰਮੀਆਂ ਟੇਸਟੀ ਲੱਗਦੀ ਠੀਕ ਹੈ ਇਹਦੇ ਵਿੱਚ ਪੈਕਟ ਨਿਕਲਣਗੇ ਚਿਪਸ ਦੇ ਹੈ ਅਤੇ ਚਿਪਸ ਬੱਚਿਆਂ ਦਾ ਕਿਉਂਕਿ ਬੱਚੇ ਦੋਵਾਂ ਘਰੇ ਅਤੇ ਉਹਨਾਂ ਵਾਸਤੇ ਸਮਾਨ ਪਹਿਲਾਂ ਬਾਕੀ ਕੰਮ ਬਾਅਦ 'ਚ ਕਿਉਂਕਿ ਜਾਂਦੇ ਹੀ ਪਸਾਦ ਦਾ ਪਸਾਦ ਹੋਣਾ ਵੱਡੇ ਲੈਵਲ 'ਤੇ ਫਿਰ ਵੀ ਚਿਪਸ ਨਹੀਂ ਆਏ ਠੰਡੇ ਨਹੀਂ ਆਏ ਇਹ ਨਹੀਂ ਆਇਆ ਉਹ ਨਹੀਂ ਆਇਆ ਠੀਕ ਨਹੀਂ ਬਾਬਿਓ ਇਹ ਸੋਡੇ ਵਗੈਰਾ ਨੇ ਸਾਰੇ ਠੀਕ ਹੈ ਵੀ ਆਹੀ ਮਾਰਕੀਟ ਹੈ ਆਹੀ ਰੰਗ ਟੰਗ ਹੈ ਅਤੇ ਇਸ ਵਲੋਗ ਦੀ ਆਪਾਂ ਸਮਾਪਤੀ ਕਰੀਏ ਹੁਣ ਆਹ ਦੇਖੋ ਚਲੋ ਇਹ ਥੋੜ੍ਹੀ ਜਿਹੀ ਐਡ ਕਰਦੇ ਹਾਂ ਬਣੇ ਬਣਾਏ ਪੌਪਕੋਰਨ ਆ ਦੇ ਸਭ ਕੁਛ ਘਰੇ ਵੀ ਤੁਸੀਂ ਲੈ ਸਕਦੇ ਹੋ ਸੁੱਕੇ ਵੀ ਮਿਲ ਜਾਂਦੇ ਆ ਆਹ ਦੇਖੋ ਡੱਬੀਆਂ ਜਾ ਕੇ ਘਰ ਬਣਾ ਸਕਦੇ ਆਹ ਦੇਖੋ ਮੱਕੀ ਦੇ ਦਾਣੇ ਪਏ ਆ ਸਭ ਕੁਝ ਕਾਰਪੋਰੇਟ ਘਰਾਣੇ ਨੇ ਦੱਬਿਆ ਹੋਇਆ ਹਰ ਇੱਕ ਦੇਸ਼ 'ਚ ਇਹ ਸਭ ਕਾਰਪੋਰੇਸ਼ਨ ਸਿਸਟਮ ਹੈ ਸਭ ਇਹਨਾਂ ਦੇ ਅੰਦਰ ਹੈ ਦੁਕਾਨਦਾਰੀ ਜਿਹੜੀ ਛੋਟੀ ਦੁਕਾਨਦਾਰੀ ਹੈ ਭਾਅ ਜੀ ਉਹ ਤਾਂ ਖਤਮ ਕਰਤੀ ਹੈ ਠੀਕ ਹੈ ਬਾਬਿਓ ਅੱਗੇ ਜਾ ਕੇ ਤੁਹਾਨੂੰ ਲਾਸਟ 'ਚ ਬਿੱਲ ਦਿਖਾਵਾਂਗੇ ਵੀ ਕਿੰਨਾ ਬਣਦਾ ਹੁਣ ਠੀਕ ਹੈ ਹੁਣ ਨਾ ਚੱਲਦੇ ਹਾਂ ਪੁਰਾਣੇ ਚੁੱਕ ਲਿਆ ਸਮਾਨ ਸਾਰਾ ਹੁਣ ਬਿੱਲ ਵਾਲੀ ਦੁਕਾਨ 'ਚ ਜਿਹੜੇ ਆਪਾਂ ਤਲ ਕੇ ਘਰ ਖਾ ਲੈਂਦੇ ਹਾਂ ਜਿਹਨੂੰ ਆਪਣੇ ਫਿੰਗਰ ਕਹਿੰਦੇ ਹਾਂ ਅਤੇ ਇੱਕ ਬਾਬਿਓ ਇੱਥੇ ਬੜੀ ਪ੍ਰੋਬਲਮ ਹੈ ਜਿਹੜਾ ਬੰਦਾ ਨਵਾਂ ਆਉਂਦਾ ਨਾ ਲੈਂਗੁਏਜ ਬੈਰੀਅਰ ਬਹੁਤ ਵੱਡਾ ਬਹੁਤ ਵੱਡਾ ਕੋਈ ਸਮਝ ਨਹੀਂ ਆਉਂਦੀ ਵੀ ਕੀ ਬੋਲਦੇ ਕੀ ਕਰਦੇ ਨੇ ਨਾ ਭਰਾਵਾ ਇੰਗਲਿਸ਼ ਆਉਂਦੀ ਇਹਨਾਂ ਨੂੰ ਅਤੇ ਨਾ ਬੋਲਣਾ ਚਾਹੁੰਦੇ ਨੇ ਕਿਉਂਕਿ ਇਹ ਹੇਟ ਕਰਦੇ ਆ ਇਹ ਕਹਾਣੀਆਂ ਨੇ ਬਾਬਾ ਜੀ ਤਾਂ ਸਾਡੇ ਵਾਲੇ ਛੱਡ ਕੇ ਇੰਗਲਿਸ਼ ਸਿਖਾਉਂਦੇ ਆ ਪਹਿਲਾਂ ਦੇ ਠੀਕ ਹੈ ਨਹੀਂ ਹਾਂ ਸਾਡੀ ਲੈਂਗੁਏਜ ਬੋਲੋ ਪਹਿਲਾਂ ਬਾਅਦ 'ਚ ਦੂਜੀ ਗੱਲ ਕਰਿਓ ਸਾਡੇ ਨਾਲ ਠੀਕ ਹੈ ਨਹੀਂ ਇਹ ਇੱਥੇ ਆਹ ਚੀਜ਼ ਆ ਕਾਊਂਟਰ ਆ ਕੇ ਕੈਸ਼ ਕਾਊਂਟਰ ਅਤੇ ਆਪਾਂ ਕਰਾ ਕੇ ਚੱਲਦੇ ਹਾਂ ਲੱਗੇ ਟਰਾਲੀ ਭਰ ਲਈ ਜੀ ਆਪਾਂ ਅਤੇ ਹੁਣ ਉਹ ਤਾਂ ਸੁੱਟੀ ਜਾਵਾਂਗੇ ਅਤੇ ਆਪਣੀ ਟਰਨ ਦੀ ਵਾਰੀ ਦੀ ਵੇਟ ਕਰਾਂਗੇ ਦੇਖਦੇ ਹਾਂ ਕਿੰਨਾ ਬਿੱਲ ਬਣਦਾ ਸਾਰੇ ਸਮਾਨੇ ਦਾ ਰੇਹੜੀ ਆਪਾਂ ਭਰ ਲਈਏ ਅਤੇ ਬਿੱਲ ਹੀ ਆਪਾਂ ਇਹਦਾ ਪੇ ਕਰਤਾ ਰੇਹੜੀ ਭਰ ਕੇ ਫੁੱਲ ਅਤੇ 87 ਯੂਰੋ ਲੱਗੇ ਆਪਣੇ 87 ਯੂਰੋ ਲਾ ਕੇ ਗੱਭਰੂ ਚੱਲਿਆ ਘਰ ਨੂੰ ਅਤੇ ਇਹ ਵਲੋਗ ਆਪਾਂ ਇੱਥੇ ਹੀ ਕਰਦੇ ਹਾਂ ਖਤਮ ਮਾਰਕੀਟ ਦਾ ਨਾਂ ਕੀ ਤੁਸੀਂ ਮੈਕਸੀਕਰੋ ਅੱਛਾ ਨਾਂ ਇੱਥੇ ਲਿਖਿਆ ਤਾਂ ਹੈ ਨਹੀਂ ਕਿਤੇ ਅੱਛਾ ਅੱਛਾ ਠੀਕ ਹੈ ਠੀਕ ਹੈ ਅਤੇ ਬਾਬਿਓ ਹਾਂ ਮੈਕਸੀਕਰੋਸ ਆਹ ਬੋਰਡ ਹੀ ਲੱਗਾ ਹੋਇਆ ਠੀਕ ਹੈ ਜੀ ਅਤੇ ਇਹ ਵੀ ਲੋਕ ਨੂੰ ਆਪਾਂ ਇੱਥੇ ਕਰਦੇ ਹਾਂ ਖਤਮ ਇਹ ਬੰਦੇ ਕੋਲ ਆਪਣਾ ਚੈਨਲ ਲਈਏ ਵਾਪਸ ਅਪਲੋਡ ਮੈਨੂੰ ਕਰਨਾ ਪੈਣਾ ਐਡਿਟ ਮੈਨੂੰ ਕਰਨਾ ਪੈਣਾ ਮਿਹਨਤ ਮੈਨੂੰ ਕਰਨੀ ਪੈਣੀ ਅਤੇ ਭਾਈ ਸਾਹਿਬ ਚੈਨਲ ਜਿਹੜੇ ਨਵੇਂ ਆਏ ਨਾ ਲਾਈਕ ਸ਼ੇਅਰ ਕਮੈਂਟ ਵਾਲੀ ਨੇਰੀ ਲਿਆ ਦਿਓ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਨਵੇਂ ਆਏ ਚੈਨਲ ਨੂੰ ਠੀਕ ਹੈ ਬਾਬਿਓ ਜੇ ਚੰਗਾ ਲੱਗਾ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਇੱਥੇ ਕਰਦੇ ਹਾਂ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਖਾਲਸਾ ਚੈਨਲ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਲਾਈਕ ਕਰਨਾ ਅਤੇ ਸ਼ੇਅਰ ਵੀ ਕਰਨਾ ਤਾਂ ਇਹਨੂੰ ਮੈਂ $1 ਦੇਣਾ ਇਹਦੇ ਵਿੱਚੋਂ ਠੀਕ ਹੈ ਬਾਬੇ ਫਿਰ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਟੱਲੀ ਨੂੰ ਬਟਨ ਲੱਭ ਲਿਓ ਹਾਂ ਟੱਲੀ ਵਾਲਾ ਬਟਨ ਜ਼ਰੂਰ ਜਿਹੜਾ ਇੱਥੇ ਆਉਂਦਾ ਟੱਲੀ ਵਾਲਾ ਬਟਨ ਠੀਕ ਹੈ ਜੀ ਲਓ ਆਪਾਂ ਲਿਫਟ ਲੈ ਕੇ ਚੱਲਦੇ ਹਾਂ ਹੁਣ ਗੱਡੀ ਵੱਲ ਨੂੰ ਠੀਕ ਹੈ ਬਾਬਿਓ ਮਿਲਦੇ ਹਾਂ ਫਿਰ ਨੈਕਸਟ ਵਲੋਗ ਦੇ ਵਿੱਚ ਚੜ੍ਹਦੀ ਕਲਾ ਬਾਬਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ